ਹੁਣ ਜਿਨ੍ਹਾਂ ਨੇ ਬੀਟੈਕ ਕਰੀ ਹੋਈ ਹੈ ਉਹਨਾਂ ਲਈ ਆਪਸ਼ਨ ਆ, ਦੂਜਾ ਹੈਗਾ ਇੰਜਨ ਸਾਈਡ, ਜਿਹੜਾ ਡੈਕ ਸਾਈਡ ਆ ਉਹ ਹੈਗਾ ਸ਼ਿਪ ਵਗੈਰਾ ਚਲਾਉਣ। ਹੁਣ ਜੇ ਤਾਂ ਤੁਸੀਂ ਕਮਰਸ ਕਰੀ ਹੋਈ ਆ ਜਾਂ ਆਰਟਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਯੂਟਿਊਬ ਸਾਹਿਬ ਦੇ ਚੈਨਲ 'ਤੇ। ਅਤੇ ਅੱਜ ਤੁਹਾਨੂੰ ਦੱਸਾਂਗੇ ਵੀ ਮਰਚੇ ਨੇ ਵੀ ਕਿਵੇਂ ਜੁਆਇਨ ਕਰੀ ਦੀ ਆ, ਕੀ ਕੁਆਲੀਫਿਕੇਸ਼ਨ ਚਾਹੀਦੀ ਆ ਅਤੇ ਕਿਵੇਂ ਕਿਵੇਂ ਰੈਂਕ ਹੁੰਦੇ ਨੇ, ਹੈ ਨਾ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਅੱਜ। ਅਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ, ਲਾਈਕ ਕਮੈਂਟ ਅਤੇ ਆਪਣੇ ਦੋਸਤਾਂ ਨਾਲ ਆਪਣੀ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਵੀ ਇਸ ਫੀਲਡ 'ਚ ਕਿਵੇਂ ਆ ਸਕੀਏ। ਹੁਣ ਜੇ ਤਾਂ ਤੁਸੀਂ ਪੜ੍ਹਨ 'ਚ ਵਧੀਆ ਹੋ ਅਤੇ ਹੁਣੇ 10ਵੀਂ ਕਰੀ ਆ ਅਤੇ ਮਰਚੇ ਨੇ ਵੀ ਚਾਹੁਣਾ ਚਾਹੁੰਦੇ ਹੋ ਤਾਂ 12th 'ਚ ਲਓ, ਨੋਨ ਮੈਡੀਕਲ ਫਿਜ਼ਿਕਸ ਕੈਮਿਸਟਰੀ ਮੈਥ ਨਾਲ ਜ਼ਰੂਰ ਲਵੋ। ਅਤੇ ਜਦੋਂ ਪਾਸ ਹੋਣਾ ਆ ਪਲੱਸ ਟੂ 'ਚੋਂ ਤਾਂ ਤੁਹਾਡੇ ਘੱਟੋ ਘੱਟ 60% ਹੋਣੇ ਚਾਹੀਦੇ ਨੇ, ਪਲੱਸ ਮੈਡੀਕਲ ਫਿੱਟ ਹੋਣੇ ਚਾਹੀਦੇ ਹੋ ਅਤੇ ਤੁਹਾਡੇ ਜਿਹੜੇ ਕਲਰ ਬਲਾਈਂਡਨੈਸ ਨੇ ਉਹ ਨਹੀਂ ਹੋਣੀ ਚਾਹੀਦੀ ਅਤੇ ਮੈਡੀਕਲ ਫਿੱਟ ਹੋਣੇ ਚਾਹੀਦੇ ਹੋ ਅਤੇ ਅੱਖਾਂ ਜਿਹੜੇ ਸਾਈਟ ਆ 6x6 ਹੋਣਾ ਚਾਹੀਦਾ ਆ। ਫਿਰ ਤੁਹਾਡੇ ਕੋਲ ਐਗਜ਼ਾਮ ਆਉਂਦਾ ਇੱਕ, ਉਹਦਾ ਨਾਮ ਆ IMU CET, ਇਹ ਦੇਣਾ ਪੈਂਦਾ ਆ। ਦੇਣ ਦੇ ਨਾਲ ਨਾਲ ਤੁਹਾਨੂੰ ਸ਼ਿਪਿੰਗ ਕੰਪਨੀ 'ਚ ਜਾ ਕੇ ਇੰਟਰਵਿਊ ਐਗਜ਼ਾਮ ਵੀ ਦੇਣਾ ਪੈਂਦਾ ਤਾਂ ਕਿ ਤੁਸੀਂ ਸਪੋਂਸਰਸ਼ਿਪ ਲੈ ਲਓ, ਠੀਕ ਹੈ। ਜਦੋਂ ਸਪੋਂਸਰਸ਼ਿਪ ਵੀ ਲੈ ਲਈ ਅਤੇ ਤੁਹਾਡਾ ਰੈਂਕ ਵੀ ਵਧੀਆ ਆ ਗਿਆ ਇਹਦੇ 'ਚ ਤਾਂ ਫਿਰ ਤੁਸੀਂ ਜਾਣਾ ਇੰਸਟੀਟਿਊਟ 'ਚ। ਇੰਸਟੀਟਿਊਟ 'ਚ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਦੋ ਆਪਸ਼ਨਾਂ ਨੇ, ਤੁਹਾਡਾ ਇੰਟਰਸਟ ਕਿਹਦੇ 'ਚ ਆ। ਇੱਕ ਹੈਗਾ ਡੈਕ ਸਾਈਡ, ਦੂਜਾ ਹੈਗਾ ਇੰਜਨ ਸਾਈਡ। ਜਿਹੜਾ ਡੈਕ ਸਾਈਡ ਆ ਉਹ ਹੈਗਾ ਸ਼ਿਪ ਵਗੈਰਾ ਚਲਾਉਂਦੇ ਨੇ, ਹੈ ਨਾ, ਜਦੋਂ ਲੋਡਿੰਗ ਅਨਲੋਡਿੰਗ ਹੁੰਦੀ ਆ ਉਦੋਂ ਸਾਰਾ ਦੇਖਦੇ ਨੇ। ਅਤੇ ਫਿਰ ਹੈਗਾ ਇੰਜਨ ਸਾਈਡ, ਜਿਹੜੇ ਇੰਜੀਨੀਅਰਸ ਨੇ, ਠੀਕ ਹੈ, ਜਿਹੜੇ ਸ਼ਿਪ ਦੇ ਜਿਹੜੇ ਆਪਣਾ ਮਸ਼ੀਨਰੀ ਵਗੈਰਾ ਦੇਖਦੇ ਨੇ ਉਹ ਇਹ ਦੇਖਦੇ ਨੇ। ਫਿਰ ਜੇ ਤਾਂ ਤੁਸੀਂ ਡੈਕ ਸਾਈਡ ਜਾਣਾ, ਹੈ ਨਾ, ਅਤੇ ਫਿਰ ਤਾਂ ਹੈਗਾ ਦੋ ਕੋਰਸ ਨੇ, ਇੱਕ ਹੈਗਾ DNS, ਦੂਜਾ ਹੈਗਾ BSc। ਅਤੇ ਜਿਹੜਾ DNS ਆ ਉਹ ਹੈਗਾ 1 ਸਾਲ ਦਾ, ਜਿਹੜਾ BSc ਆ ਉਹ ਹੈਗਾ 3 ਸਾਲ ਦਾ। ਹੁਣ ਫਰਕ ਐਵੇਂ ਆ, ਜਦੋਂ ਤੁਸੀਂ ਟ੍ਰੇਨਿੰਗ 'ਤੇ ਜਾਣਾ, ਟ੍ਰੇਨਿੰਗ ਤੋਂ ਬਾਅਦ, ਹੈ ਨਾ, ਜੇ ਤੁਸੀਂ ਹਾਇਰ ਰੈਂਕ ਲਈ ਜਾਣਾ ਤਾਂ ਜੇ ਤਾਂ ਤੁਸੀਂ DNS ਕਰਿਆ ਹੋਇਆ ਤਾਂ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਚਾਹੀਦਾ। ਜੇ ਤੁਸੀਂ BSc ਕਰੀਆ ਤਾਂ ਤੁਹਾਨੂੰ ਘੱਟ ਐਕਸਪੀਰੀਅੰਸ ਚਾਹੀਦਾ ਫਰਦਰ ਐਗਜ਼ਾਮ ਦੇਣ ਵਾਸਤੇ, ਜੋ ਤੁਸੀਂ ਥਰਡ ਆਫਿਸਰ ਬਣਨਾ, ਹੈ ਨਾ, ਉਹਦੇ ਵਾਸਤੇ। ਅਤੇ ਜਿਵੇਂ ਜੇ ਤੁਸੀਂ ਜਾਂਦੇ ਹੋ, ਹੈ ਨਾ, ਡੈਕ ਸਾਈਡ, ਤਾਂ ਪਹਿਲਾਂ ਤੁਸੀਂ ਜਾਓਗੇ ਟ੍ਰੇਨਿੰਗ 'ਤੇ, ਫਿਰ ਥਰਡ ਆਫਿਸਰ, ਸੈਕਿੰਡ ਆਫਿਸਰ, ਚੀਫ ਆਫਿਸਰ, ਫਿਰ ਆਉਂਦਾ ਹਾਈ ਰੈਂਕ ਕੈਪਟਨ ਤੱਕ, ਠੀਕ ਹੈ। ਜਿਵੇਂ ਜਿਵੇਂ ਤੁਹਾਡੇ ਰੈਂਕ ਵਧੀ ਜਾਣਗੇ ਉਵੇਂ ਤਨਖਾਹ ਵਧੀ ਜਾਊਗੀ ਅਤੇ ਤੁਹਾਨੂੰ ਐਗਜ਼ਾਮ ਵੀ ਹਰ ਇੱਕ ਰੈਂਕ ਤੋਂ ਬਾਅਦ ਦੇਣਾ ਪੈਣਾ ਹਾਈਅਰ ਰੈਂਕ ਜਾਣ ਲਈ। ਅਤੇ ਫਿਰ ਆਉਂਦਾ ਆਪਣਾ ਇੰਜਨ ਸਾਈਡ। ਇੰਜਨ ਸਾਈਡ ਜੇ ਤੁਸੀਂ ਜਾਣਾ ਤਾਂ ਇੱਕ ਕੋਰਸ ਆ ਮਰੀਨ ਇੰਜੀਨੀਅਰ, ਜਿਹੜਾ ਕਿ 3 ਸਾਲ ਦਾ ਆ। 3 ਸਾਲ ਦਾ ਕੋਰਸ ਕਰਨ ਤੋਂ ਬਾਅਦ ਫਿਰ ਤੁਸੀਂ ਜਦੋਂ ਸ਼ਿਪ 'ਤੇ ਜਾਣਾ ਤਾਂ ਟ੍ਰੇਨਿੰਗ 'ਤੇ ਜਾਓਗੇ, ਠੀਕ ਆ। ਟ੍ਰੇਨਿੰਗ 'ਤੇ ਜਾ ਕੇ ਉਹ ਤੋਂ ਬਾਅਦ ਤੁਸੀਂ ਉਹਦਾ ਐਕਸਪੀਰੀਅੰਸ ਜਦੋਂ ਹੋ ਗਿਆ ਫਿਰ ਤੁਹਾਨੂੰ ਤੁਸੀਂ ਜੋ ਕਰੋਗੇ ਫੋਰਸ ਇੰਜੀਨੀਅਰ, ਠੀਕ ਆ। ਫੋਰਸ ਇੰਜੀਨੀਅਰ ਤੋਂ ਬਾਅਦ ਫਿਰ ਥਰਡ ਇੰਜੀਨੀਅਰ, ਸੈਕਿੰਡ ਇੰਜੀਨੀਅਰ, ਫਿਰ ਆਉਂਦਾ ਚੀਫ ਇੰਜੀਨੀਅਰ। ਚੀਫ ਇੰਜੀਨੀਅਰ ਤੱਕ ਲਾਸਟ ਪੋਸਟ ਹੁੰਦੀ ਹੈ ਇਹਦੀ। ਅਤੇ ਇਹਨਾਂ ਦੇ ਰੈਂਕ ਦੇ ਹਿਸਾਬ ਨਾਲ ਤਨਖਾਹ ਵੀ ਵਧੀ ਜਾਂਦੀ ਹੈ, ਲੱਖਾਂ ਦੇ ਹਿਸਾਬ ਨਾਲ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਡੈਕ ਸਾਈਡ 'ਤੇ ਜਾਣਾ। ਅਤੇ ਸੇਮ ਇਹੀ ਹੈ, ਤਨਖਾਹ ਸੇਮ ਹੁੰਦੀ ਹੈ, ਕੋਈ ਫਰਕ ਨਹੀਂ ਹੁੰਦਾ ਹੈਗਾ। ਬਸ ਐਂ ਆ, ਇੱਥੇ ਤੁਸੀਂ ਸ਼ਿਪ ਚਲਾਉਣੀ ਹੈ, ਇੱਥੇ ਤੁਸੀਂ ਮਸ਼ੀਨਰੀਆਂ ਸੰਭਾਲਣੀਆਂ ਨੇ। ਅਤੇ ਪ੍ਰੋ ਐਂਡ ਕੌਨ ਸਾਰੇ 'ਚ ਨੇ, ਹੈ ਨਾ, ਔਖਾ ਸੌਖਾ ਸਾਰਿਆਂ 'ਚ ਆ। ਅਤੇ ਇਹਦੇ 'ਚ ਵੀ ਔਖਾ ਅਤੇ ਸੌਖਾ ਆ, ਅਤੇ ਇਹਦੇ 'ਚ ਵੀ ਔਖਾ ਅਤੇ ਸੌਖਾ ਆ, ਹੈ ਨਾ। ਉਹ ਤੁਸੀਂ ਆਪਣੇ ਦਾ, ਤੁਹਾਡਾ ਇੰਟਰਸਟ ਕਿੱਧਰ ਆ ਅਤੇ ਉੱਧਰ ਜਾ ਸਕਦੇ ਹੋ ਤੁਸੀਂ। ਹੁਣ ਜਿਨ੍ਹਾਂ ਨੇ ਬੀਟੈਕ ਕਰੀ ਹੋਈ ਆ ਉਹਨਾਂ ਲਈ ਆਪਸ਼ਨ ਆ ਵੀ ਜੇ ਤਾਂ ਇਲੈਕਟ੍ਰੀਕਲ ਕਰੀ ਆ ਫਿਰ ਤਾਂ ਤੁਹਾਡੇ ਕੋਲ ਹੈਗਾ ETO ਕੋਰਸ, ਠੀਕ ਆ। ETO ਕੋਰਸ ਜਿਹੜਾ ਹੈਗਾ ਉਹ ਹੈਗਾ 4 ਮਹੀਨੇ ਦਾ, ਠੀਕ ਆ। ਅਤੇ ਪਹਿਲਾਂ ਜਦੋਂ ਸ਼ਿਪ 'ਤੇ ਜਾਓਗੇ 4 ਮਹੀਨੇ ਤੋਂ ਬਾਅਦ ਤਾਂ ਤੁਹਾਡੀ ਟ੍ਰੇਨਿੰਗ ਹੋਊਗੀ, ਟ੍ਰੇਨਿੰਗ ਤੋਂ ਬਾਅਦ ਐਕਸਪੀਰੀਅੰਸ ਹਿਸਾਬ ਨਾਲ ਤੁਹਾਨੂੰ ETO ਦਾ ਐਗਜ਼ਾਮ ਦੇਣਾ ਪਊਗਾ, ਠੀਕ ਆ, ਇਲੈਕਟ੍ਰੀਕਲ ਆਫਿਸਰ ਬਣ ਜੂਗੇ। ਪਰ ਇਲੈਕਟ੍ਰੀਕਲ ਆਫਿਸਰ ਦੇ ਉੱਤੇ ਕੋਈ ਰੈਂਕ ਨਹੀਂ ਹੈਗਾ, ਠੀਕ ਆ, ਉੱਥੇ ਸਟੇਬਲ ਆ ਅਤੇ ਉੱਥੇ ਤੁਹਾਡੀ ਤਨਖਾਹ ਵਧੀਆ ਉੱਪਰ ਤੁਸੀਂ ਇਲੈਕਟ੍ਰੀਕਲ ਆਫਿਸਰ ਹੀ ਰਹੋਗੇ ਸਾਰੀ ਉਮਰ। ਜੇ ਤੁਸੀਂ ਫਰਦਰ ਜਾਣਾ ਆ ਤਾਂ ਤੁਹਾਨੂੰ ਫਿਰ ਚੇਂਜ ਕਰਨਾ ਪਊਗਾ ਮਕੈਨੀਕਲ ਇੰਜੀਨੀਅਰ 'ਚ, ਠੀਕ ਆ। ਉਹ ਜਾ ਕੇ UK ਜਾ ਕੇ ਐਗਜ਼ਾਮ ਦੇਣਾ ਪੈਂਦਾ ਹੈ। ਅਤੇ ਫਿਰ ਹੈਗਾ ਜੇ ਤੁਸੀਂ ਮਕੈਨੀਕਲ ਇੰਜੀਨੀਅਰ ਕਰੀਆ ਉਹਦੇ ਲਈ ਕੋਰਸ ਹੈਗਾ GME ਕੋਰਸ, ਅਤੇ ਉਹ ਕਰਕੇ, ਠੀਕ ਆ, 6 ਮਹੀਨੇ ਦਾ ਕੋਰਸ ਹੁੰਦਾ ਆ, ਹੈ ਨਾ, ਉਹ 'ਚ ਸਾਰਾ ਕੁਝ ਦੱਸਿਆ ਜਾਂਦਾ ਤੁਹਾਨੂੰ ਆਪਣਾ ਮਸ਼ੀਨਰੀ ਬਾਰੇ,
ਅਤੇ ਹੋਰ ਵੀ ਕੋਰਸ ਸੇਫਟੀ ਹੁੰਦੇ ਨੇ ਉਹ ਦੱਸਦੇ ਨੇ, ਠੀਕ ਆ। ਇਸ ਤੋਂ ਬਾਅਦ ਤੁਸੀਂ ਜਾਓਗੇ ਟ੍ਰੇਨਿੰਗ 'ਤੇ, ਟ੍ਰੇਨਿੰਗ ਕਰਨ ਤੋਂ ਬਾਅਦ ਜਿਵੇਂ ਪਹਿਲਾਂ ਮੈਂ ਦੱਸਿਆ ਸੀ ਨਾ, ਇੰਜਨ ਸਾਈਡ ਜੇ ਜਾਂਦੇ ਹੋ ਤਾਂ ਤੁਹਾਡੇ ਰੈਂਕ ਵੱਧਦੇ ਨੇ, ਉਹ ਵੀ ਇਹਦੇ 'ਚ ਆ, ਠੀਕ ਆ। ਤੁਸੀਂ ਪਹਿਲਾਂ ਟ੍ਰੇਨਿੰਗ 'ਤੇ ਜਾਓਗੇ, ਫਿਰ ਫੋਰਸ ਇੰਜੀਨੀਅਰ, ਥਰਡ ਇੰਜੀਨੀਅਰ, ਸੈਕਿੰਡ ਇੰਜੀਨੀਅਰ ਅਤੇ ਫਿਰ ਚੀਫ ਈਅਰ ਤੱਕ ਜਾ ਸਕਦੇ ਹੋ। ਹੁਣ ਜੇ ਤਾਂ ਤੁਸੀਂ ਕਮਰਸ ਕਰੀ ਹੋਈ ਆ ਜਾਂ ਆਰਟਸ ਕਰੀ ਹੋਈ ਆ ਜਾਂ ਆਈ ਟੀ ਆਈ ਕਰੀ ਹੋਈ ਆ, ਤਾਂ ਜੇ ਤੁਸੀਂ ਫਿਰ ਵੀ ਮਰਚੈਂਟ ਨੇਵੀ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ, ਤਾਂ ਉਹਦੇ ਲਈ ਹੈਗਾ ਜੀ ਪੀ ਰੇਟਿੰਗ ਕੋਰਸ, ਜਿਹੜਾ 6 ਮਹੀਨੇ ਦਾ ਹੁੰਦਾ ਆ, ਠੀਕ ਆ। ਉਹ ਤੋਂ ਬਾਅਦ 6 ਮਹੀਨੇ ਤੋਂ ਬਾਅਦ ਉਹ ਤੁਹਾਨੂੰ ਚੂਜ਼ ਕਰਨ ਲਈ ਕਹਿਣਗੇ ਵੀ ਹਾਂ ਵੀ ਤੁਸੀਂ ਇੰਜਨ ਸਾਈਡ ਜਾਣਾ ਜਾਂ ਡੈਕ ਸਾਈਡ ਜਾਣਾ, ਠੀਕ ਆ। ਇਹ ਇਹਨਾਂ 'ਚ ਕੰਮ ਕੀ ਹੁੰਦਾ ਆ, ਹੈ ਨਾ, ਜਿਵੇਂ ਜਿਹੜੇ ਇੰਜੀਨੀਅਰ ਹੁੰਦੇ ਨੇ ਉਹਨਾਂ ਨਾਲ ਹੈਲਪ ਕਰਾਉਣਾ ਜੇ ਤੁਸੀਂ ਇੰਜਨ ਸਾਈਡ ਹੋ, ਜਿਹੜੇ ਡੈਕ ਆਫਿਸਰ ਨੇ ਜੇ ਤੁਸੀਂ ਡੈਕ ਸਾਈਡ ਹੋ ਤਾਂ ਉਹਨਾਂ ਨਾਲ ਕੰਮ ਕਰਾਉਣਾ, ਜਾਂ ਸ਼ਿਪ ਦੀ ਮੇਨਟੇਨੈਂਸ ਕਰਨੀ, ਹੈ ਨਾ, ਅਤੇ ਪੇਂਟਿੰਗ ਵਗੈਰਾ ਚਿਪਿੰਗ ਵਗੈਰਾ ਉਹ ਕਰਨਾ, ਠੀਕ ਆ, ਉਹ ਕੰਮ ਹੁੰਦਾ। ਹੁਣ ਜੇ ਤਾਂ ਤੁਸੀਂ ਡੈਕ ਸਾਈਡ ਜਾਂਦੇ ਹੋ, ਉਹ ਪਹਿਲਾਂ ਜਾਓਗੇ ਤੁਸੀਂ ਟ੍ਰੇਨਿੰਗ 'ਤੇ, ਫਿਰ ਜਾਓਗੇ, ਠੀਕ ਆ, ਐਕਸਪੀਰੀਅੰਸ ਹਿਸਾਬ ਨਾਲ ਓ ਐਸ ਬਣੋਗੇ, ਉਸ ਤੋਂ ਬਾਅਦ ਏ ਬੀ ਬਣ ਜਾਓਗੇ, ਉਸ ਤੋਂ ਬਾਅਦ ਹੁੰਦਾ ਬੌਸਰ ਰੈਂਕ, ਇਹ ਲਾਸਟ ਰੈਂਕ ਹੁੰਦਾ ਆ, ਠੀਕ ਆ। ਅਤੇ ਮੰਨ ਲਓ ਤੁਸੀਂ ਫਿਰ ਵੀ ਡੈਕ ਆਫਿਸਰ ਬਣਨਾ ਆ, ਤਾਂ ਤੁਸੀਂ ਐਕਸਪੀਰੀਅੰਸ ਦੇ ਹਿਸਾਬ ਨਾਲ ਥਰਡ ਆਫਿਸਰ ਦਾ ਐਗਜ਼ਾਮ ਦੇ ਕੇ, ਠੀਕ ਆ, ਉਸ ਫੀਲਡ ਉੱਧਰਲੇ ਪਾਸੇ ਜਾ ਸਕਦੇ ਹੋ। ਹੁਣ ਹੈਗਾ ਜੇ ਤਾਂ ਇੰਜਨ ਸਾਈਡ, ਠੀਕ ਆ, ਇਹਦੇ 'ਚ ਹੁੰਦਾ ਵਾਈਪਰ, ਓਇਲਰ, ਠੀਕ ਆ, ਇਹ ਰੈਂਕ ਹੁੰਦੇ ਨੇ। ਅਤੇ ਜੇ ਤੁਸੀਂ ਇੰਜੀਨੀਅਰ ਬਣਨਾ, ਫੋਰਸ ਇੰਜੀਨੀਅਰ, ਹੈ ਨਾ, ਤਾਂ ਤੁਹਾਨੂੰ ਐਗਜ਼ਾਮ ਦੇਣਾ ਪਊਗਾ, ਤੁਸੀਂ ਫੋਰਸ ਇੰਜੀਨੀਅਰ ਬਣ ਸਕਦੇ ਹੋ, ਫਿਰ ਥਰਡ ਇੰਜੀਨੀਅਰ, ਸੈਕਿੰਡ, ਫਿਰ ਚੀਫ ਇੰਜੀਨੀਅਰ ਬਣ ਸਕਦੇ ਹੋ। ਇਹ ਸੀਗਾ ਜੇ ਤੁਸੀਂ, ਹੈ ਨਾ, ਕਮਰਸ ਕਰੀ ਆਰਟਸ ਕਰੀ ਆ ਤਾਂ ਤੁਸੀਂ ਕੀ ਕਰ ਸਕਦੇ ਹੋ। ਮੇਨ ਗੱਲ ਆ, ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਮੈਂ ਮਰਚੈਂਟ ਨੇਵੀ ਵਿੱਚ ਜਾ ਰਿਹਾ ਅਤੇ ਮੈਨੂੰ ਇਹ ਔਖਾ ਉੱਥੇ ਦੇਖਣਾ ਪਊਗਾ। ਐਂ ਨਹੀਂ ਹੈਗਾ ਹਾਂ ਵੀ ਤੁਸੀਂ ਇਕੱਲੀ ਤਨਖਾਹ ਦੇਖ ਲਈ, ਤਨਖਾਹ ਬਹੁਤ ਜ਼ਿਆਦਾ, ਇਹ ਜ਼ਰੂਰ ਨਾ ਦੇਖੋ, ਉੱਥੇ ਬਹੁਤ ਔਖਾ ਰਹਿਣਾ ਆ, ਹੈ ਨਾ, ਅਲੱਗ ਅਲੱਗ ਬੰਦਿਆਂ ਰਹਿਣਾ, ਅਲੱਗ ਅਲੱਗ ਉਹਦੇ ਮੌਸਮ ਹੁੰਦਾ ਆ, ਹੈ ਨਾ, ਸ਼ਿਪ ਦਾ ਕਈ ਵਾਰ ਮਾਹੌਲ ਖਰਾਬ ਹੁੰਦਾ ਆ, ਤੁਹਾਨੂੰ ਵੈਦਰ ਖਰਾਬ ਮਿਲ ਸਕਦਾ ਆ, ਖਾਣ ਪੀਣ ਵਧੀਆ ਨਹੀਂ ਮਿਲਦਾ ਹੈਗਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਾਇੰਡ ਬਣਾ ਕੇ ਉੱਥੇ ਜਾਣਾ ਪੈਣਾ, ਫਿਰ ਤੁਸੀਂ ਇੱਥੇ ਆਓ, ਕਿਉਂਕਿ ਕਈ ਇੱਕ ਸ਼ਿਪ ਲਾਉਂਦੇ ਨੇ ਫਿਰ ਛੱਡ ਜਾਂਦੇ ਨੇ, ਅਤੇ ਇਸ ਗੱਲ ਦਾ ਧਿਆਨ ਰੱਖਿਓ। ਅਤੇ ਬਾਕੀ ਬੈਸਟ ਆਫ ਲੱਕ, ਹੈ ਨਾ, ਜਿਹਨੇ ਜਾਣਾ ਆ, ਅਤੇ ਕੋਈ ਵੀ ਗੱਲ ਆ ਕੁਛ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ, ਅਤੇ ਮੈਨੂੰ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।